الحمد للہ رب العالمین الرحمن الرحیم مالک یوم الدین ایاک نعبد و ایاک نستعین اہدنا الصراط المستقیم صراط الذین انعمت علیہم غیر المغضوب علیہم ولا الضالین بسم اللہ الرحمن الرحیم قل ہو اللہ احد اللہ الصمد لم یلد ولم یولد ولم یکن له کفوا احد بسم اللہ الرحمن الرحیم صلی علی محمد آل محمد واجل فرج آل محمد باواز بلند صلوات اللہ اکبر یا رسول اللہ یا علی علیہ السلام اللہم صلی علی محمد و آل محمد باواز بلند صلوات پڑھو بھائی دعائے وارث کائنات تو رٹڑایا قبول فرماوے بانیان سادات عزام دا پر خلوص ہے تمام بارم شہنشاہ اپنی بارگاہ وچ قبول فرماوے مومن مومنات بیمار ان مالک صحت دے وے وکیل عباس دے والدین کو مالک شفا دے وے کالی خان کو مالک صحت کاملہ عاجلہ عطا فرماوے بیا کوئی مومن مومنات بیمار ان مالک صحت دے وے بے اولاد ان مالک حیاتیاں لے بچے دے وے بادشاہ دا ظہور ہوئے بی بی دا گھر بسے تواریاں ساری آنکھیں دیکھیں صلوات پڑھو میں ذکر پاک شروع کرا ولائی تکلیف کرو صلوات پڑھو بھائی کریم حیدر شاہ کو مالک صحت لے مریض شاہ دے بچے دی مالک زندگی دراز فرما دے صلوات سارے پڑھ دے سو بابا ولائی تکلیف کرو صلوات پڑھو اعوذ باللہ السميع العليم من الشيطان اللين الرجيم بسم الله الرحمن الرحيم الصلوات الحمد لله رب العالمين الصلاة والسلام على اشرف الانبیاء والمرسلین صلوات وعلی اخیہ ووزیرہ وخلیفتہ وابن عمہ امیر المومنین صلوات وعلی سیدت الجلیلت المخدومات مقدسہ طاہرت المطہرہ عالمت العاملہ صدیقت الکبریٰ المدفونت سر جڑا دفان ہوئی ڈھلی ہوئی رات آئی والمغضوبات جہران جڑا لٹی چٹا نہیں آئی سیدت النساء العالمین اکھاں بند کر کے صلوات چا علم نشان مدینہ وچ
ਤੇ ਬਸ਼ੀਰ ਕੀਤਾ ਐਲਾਨ ਕਰੋ ਬੰਦ ਬਾਜ਼ਾਰ ਮਦੀਨੇ ਦੇ ਆਈ ਬੈਠੀਏ ਬਿਰ ਕਰੋ ਬੰਦ ਬਾਜ਼ਾਰ ਮਦੀਨੇ ਦੇ ਆਈ ਬੈਠੀਏ ਬਿਰ ਯਾਰ ਸੋਹਣੇ ਰੋਂਦੇ ਬੈਠੇ ਵੇ ਕਰੋ ਬੰਦ ਬਾਜ਼ਾਰ ਮਦੀਨਾ ਦੇ ਆਈ ਬੈਠੀਏ ਬਿਰ ਰੁਲੀਏ ਛਤਰੀ ਸ਼ਹਿਰਾਂ ਵਿੱਚ ਤੁਹਾਡੀ ਚਾਂਦਨੀ ਦੀ ਮਹਿਮਾਨ ਆਈਏ ਮਿਲਣਾ ਆਪਣੀ ਫਤਰੀ ਜੀ ਦਸਰੀ ਵਤਨ ਦਸ਼ਾ ਸਾਹ ਸਾਹ ਨਾਲ ਦੁਆ ਇਨਸ਼ਾਅੱਲਾ ਵਸਦੇ ਰਹੋ ਸੋਹਣੇ ਆਸੂ ਆ ਗਏ ਸ਼ਾਮ ਤੱਕ ਬਲਕਿ ਸ਼ਾਮ ਤੋਂ ਬਾਅਦ ਤੱਕ ਜ਼ਿਕਰ ਪਾਕ ਜਾਰੀ ਉਹ ਸਾਰੀ ਉਹ ਸੀ ਸੋਹਣੇ ਅਜ਼ਾਦਾਰ ਹੀ ਵੇ ਸ਼ੀਆ ਮਿਆਣੀ ਵਾਲੇ ਸ਼ਲ ਵਸਦੇ ਆਬਾਦ ਹੋ ਬਾਦ ਹੀ ਡੂ ਫੇਰਾ ਬੈਠੇ ਬਾਈ ਗਜ਼ਨਫਰ ਸ਼ਾਹ ਜੀ ਕਰੋ ਬੰਦ ਬਾਜ਼ਾਰ ਮਦੀਨਾ ਦੇ ਆਈ ਬੈਠੀਏ ਬਿਰ ਮਸ਼ੀਨਾਂ ਦਾ ਅੱਗੇ ਰੁਲੀਏ ਛਤਰੀ ਵਸ਼ਰਾ ਵਿੱਚ ਤੁਹਾਡੀ ਚਾਂਦਨੀ ਦੀ ਮਹਿਮਾਨ ਆਈਏ ਮਿਲਣ ਆਪਣੀਏ ਭਤਰੀ ਜੀ ਕੋਈ ਦਾਸਨੀ ਵਤਨਤਾ ਸ਼ੀਲਾ
ਆਈਏ ਮਿਲਣ ਆਪਣੀ ਭਤਰੀਜੀ ਕੋਈ ਦਾਸਰੀ ਵਤਨਤਾ ਪੜਦਾਈ ਬਈ ਖੁਰਸ਼ੀਦ ਅੱਬਾਸ ਮਾਹੌਰ ਲੂ ਲੈਣਾ ਮੈਨੂੰ ਯਾਦ ਮੈਂ ਤਾਂ ਪੜ੍ਹ ਲਵਾਂ ਮੈਂ ਆਖਿਆ ਉਜੜ ਕੇ ਵੱਲ ਲਈ ਤੁਸੀਂ ਚੁੱਪ ਕਰ ਗਏ ਯਾਰ 120 ਗਈ 12 ਵਾਲੀ ਉਜੜ ਨਹੀਂ ਗਈ ਕਤਾਰ ਭੇਰਾਵਾਂ ਦੀ ਘਿਣ ਗਈ ਕੱਲੀ ਵੱਲ ਲਈ ਉਜੜ ਨਹੀਂ ਗਈ ਚੁੱਪ ਕਰ ਗਏ ਮੈਂ ਪਹਿਲੇ ਗੁਜ਼ਾਰਿਸ਼ ਕੀਤੀ ਮੇਰੇ ਬਾਅਦ ਦੂ ਭੇਰਾ ਆਏ ਇੱਕ ਚਾਚਾ ਚਾਚਾ ਕੈਸਰ ਅੱਬਾਸ ਮਾਲਿਕ ਜ਼ਿੰਦਗੀ ਦਰਾਜ਼ ਫਰਮਾਓ ਹੁਣ ਹਯਾ ਚ ਕਰੋ ਤੇ ਬਸ ਚ ਕਰੋ ਸ਼ਰਾਫਤ ਤੋਂ ਨਜਾਇਜ਼ ਫਾਇਦਾ ਨਾ ਉਠਾਇਆ ਕਰੋ ਆਈਆਂ ਸੈਣੁਕ ਮੁਕਾਂ ਡਿਆ ਜਿਹੜਾ ਲਾ ਕੇ ਦਾ ਵਿਆਹ ਪਸੇ ਮੈਂ ਆਖੇ ਉਜੜ ਕੇ ਵੱਲ ਆਈ ਮਦੀਨੇ ਤੋਂ ਬਹਿਰ ਖੈਮਾ ਲੱਗਾ ਯਾਰਾਂ ਛਾਂ ਤੇ ਬੈਠੀਆਂ ਇੱਕ ਧੁੱਪ ਤੇ ਬਹਿ ਗਏ ਅਕਬਰ ਦੀ ਭੈਣ ਕੋ ਪਤਾ ਲੱਗਾ ਜੋ ਮੇਰਾ ਭੇਰਾ ਵੱਲ ਆਏ ਉਹਨੂੰ ਭੈਣ ਟੁਰ ਪਈ ਉਹਨੂੰ ਭੇਰਾ ਤਲੀਆਂ ਟੇਕ ਕੇ ਉੱਠੇ ਫੁੱਫੀਆਂ ਮੈਂ ਇਜਾਜ਼ਤ ਬੀਬੀ ਆਦੀ ਕਿਨ ਵਹਿੰਦਾ ਖੈਮੇ ਦੇ ਦਰ ਤੇ ਵਹਿੰਦਾ ਕਿਉਂ ਹੈ ਗਰੀਬ ਆ ਤੇ ਭੈਣ ਆਉਂਦੀ ਪਈ ਹੈ
ਭੈਣ ਦਾ ਇਸਤਕਬਾਲ ਵਨ ਕਰੇਨਾ ਬੀਬੀ ਆਦੀ ਵੰਝ ਹੁੰਦਾ ਹੈ ਜੋ ਸਹੀ ਅੱਜ ਮੈਦਾ ਖਾਜ਼ੀ ਹੁੰਦਾ ਇਸਤਕਬਾਲ ਮੈਦਾ ਇੱਥੇ ਵਿਆ ਕਿਆ ਬਾਤ ਹੈ ਬਾਈ ਸੱਤ ਕਦਮਾਂ ਤੇ ਭੈਣ ਆ ਗਈ ਦਾਈ ਆਦੀ ਦੋ ਮਿੰਟ ਰੁਕ ਵਜੋ ਕੋਈ ਮੁਸਾਫਿਰ ਬੈਠੇ ਹਟਾਈ ਨਾ ਆਵਾ ਬੀਬੀ ਆਦੀ ਝਿਣਕ ਨੇ ਦਾਈ ਸਾਹਮਣੇ ਆਈ ਸਲਾਮ ਅਲੈਕੇ ਸਲਾਮ ਅੱਖੀ ਚ ਖੂਨ ਡਿੱਠਸ ਕਿੱਥਾ ਰੁਨੈ ਗਰੀਬ ਆ ਦਾ ਸ਼ਾਮ ਕੋਈ ਸਜਣ ਕੁਹਾਈ ਵਧਾ ਗਰੀਬ ਆ ਦਾ ਹਿੱਕ ਮੈਲੇ ਤਾਂ ਹਿੱਕ ਕੇ ਨਹੀਂ ਇਹ 72 ਕੁੱਠਾ ਨੇ ਜਾ ਛੁੜੇ ਗਰੀਬ ਆ ਦੇ ਅੱਲਾਹ ਦੀ ਜ਼ਮੀਨ ਤੇ ਬੈਠਾ ਕਿਉਂ ਉੱਠੇ ਸਾਰੀ ਮੁਰਸ਼ਦਾਦੀ ਪਿਆ ਨੇ ਬਹੁ ਵੱਡੇ ਪਰਦਾਰ ਇਨ ਗਰੀਬ ਆ ਦੇ ਪਰਦੇ ਕੁਦਰਤ ਵਧਾ ਰੋਂਦਾ ਸਜਣਾ ਦੀ ਮੌਤ ਦਾ ਮੁੱਕ ਆਇਆ ਉੱਠੀ ਨਾ ਸੰਗਦਾ ਵਾਲਾਂ ਦਾ ਪਰਦਾ ਬਣੇ ਮੁਸਾਫਿਰ ਉਹ ਬੀਬੀ ਪਈ ਆਉਂਦੀ ਹੈ ਜਾਂਦੀ ਡਾਡੀ ਦਾ ਜਨਾਜ਼ਾ ਰਾਤੀ ਚਵਾਹਾ ਗਰੀਬ ਦਾ ਜਿਹੜਾ ਵਸਦਿਆ ਸੇ ਸਾਰੀਆਂ ਬੀਬੀਆਂ ਦੇ ਜਨਾਜ਼ੇ ਵੀ ਰਾਤੀ ਚਵੀਂਦੇ ਵਾਹ 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 ਹਾਂ ਵਾਪਸ ਵਾਲਾ ਹੀ ਬੀਬੀ ਅਜੀ ਮੁਸਾਫਿਰ ਅੱਖੀ ਚ ਖੂਨ ਯਾਦ ਹੈ ਮੇਰੀ ਸੈਣ ਦੇ ਦੋਵੇਂ ਹੱਥ ਇੱਥਾਂ ਹੀ ਆ ਗਏ ਦਹੀ ਦੇ ਪਾਸੇ ਦੇਖ ਕੇ ਆਦੀ ਮੰਗ ਦੁਆ ਸਜਾਦ ਨਾ ਹੋਵੇ ਕਿਵੇਂ ਪਤਾ ਲੱਗੀ ਆਦੀ ਮਿਜ਼ਾਜ ਮੇਰੇ ਭਰਾ ਲੈ ਤਕਲੀਫ ਨਾ ਦੇਊ ਬੱਲਾ ਮਾਰੂ ਬਾਕੀ ਦਰਸ਼ਾ ਜੀ ਪਰਲੇ ਪਾਸੋਂ ਭੈਣ ਭਰਾ ਸਰ ਚਾਇਆ ਟੋਰ ਸੁਣਾਤੀ ਉਵੇਂ ਤਾਂ ਇਮਾਮ ਆਈ ਦੋਵੇਂ ਹੱਥ ਮਿੱਟੀ ਤੇ ਲੱਗਣ ਠੱਡਾ ਸਾਹ ਭਰ ਕੇ ਦੇ ਆਰਾਮ ਨਾਲ ਟੋਰ ਕੋਈ ਨਹੀਂ ਆਇਆ ਅਕਬਰ ਅੰਦਰ ਆਈ ਸਾਰੇ ਪਰਦਾਰ ਤਾਜ਼ੀਮਨ ਉੱਠੇ ਆਦਨ ਮੁਸਾਫਰ ਸ਼ਾਮ ਕੋਸ਼ਿਸ਼ ਕੀਤੀ ਉੱਠੀ ਨਾ ਸਕੇ ਪਰੇ ਕੋਲ ਹੱਥ ਬਣ ਕੇ ਦੀ ਬੀਬੀ ਤੁਹਾਡੇ ਤੇ ਤਾਜ਼ੀਮਾ ਮਾਫਿਲ ਤੁਸਾਂ ਨਾ ਉੱਠੋ ਬੀਬੀ ਆਦੀ ਇਹ ਮਜਬੂਰੀ ਹੈ ਜੈ ਲੈ ਸਾਹਮਣੇ ਆਵੇ ਉੱਠਣਾ ਪਾਉਂਦਾ ਦਾਈ ਦੇ ਗੱਲ ਬਾਈ ਪਾ ਕੇ ਆਦੀ ਦੁਆ ਮੰਗ ਫੁੱਫੀ ਆਲੀਆ ਨਾ ਹੋਵੇ ਵਸਦੇ ਜ਼ਮਾਨੇ ਸਾਹਮਣੇ ਮੰਜਾ ਉੱਠੀ ਖੜਦੀ ਆਈ ਮੈਂ ਹੱਥ ਚੁਮਕੇ ਆਦੀ ਆਵੀ ਨਾ ਉੱਠ ਕਰੋ ਆਦੀ ਇਹ ਮਜਬੂਰੀ ਹੈ ਮਾਂ ਦੀ ਸ਼ਕਲ ਆਲੀ ਜੋ ਹੈ ਜਵਾਨੀ ਹੋਣੇ ਭਾਈ ਜਵਾਨੀ ਹੋਣੇ ਪਿਉ ਮਾਂ ਕੋ ਨਸੀਬ ਹੋ ਮਰਕਜ਼ ਆਜ਼ਾਦਾਰੀ ਦਾ ਸ਼ੀਆ ਮਿਆਣ ਖੁਸ਼ ਨਸੀਬ ਵੇ ਯਾਰ ਹੁਸੈਨ ਕੋਲੋਂ ਦੇ ਵੇ ਮਿੰਬਰ ਦੀ ਇੱਜ਼ਤ ਦੀ ਕਸਮ ਉਲਮਾ ਦੀ ਧਰਤੀ ਹੈ ਬਾਬਾ ਜੀ ਕਬੀਰਾ ਗੁਨਾਹ ਮਾਫ ਹੁੰਦਨ ਹੁਸੈਨ ਦੇ ਗਮ ਵਿੱਚ ਰੋਵਣ ਤੇਰੀ ਬਚਣਾ ਦੀ ਵੱਡੀ ਹਯਾਤੀ ਤੁਹਾਡੇ ਚ ਵੱਡੀ ਬੀਬੀ ਕੌਣ ਨੇ ਹਰ ਕਾ ਇਸ਼ਾਰਾ ਕੀਤਾ ਮੁਸਾਫਰ ਹੈ ਸ਼ਾਮ ਆਦਨ ਫੁੱਫੀ ਦੇ ਸਾਹਮਣੇ ਇਵੇਂ ਆ ਬੈਠੀ ਜਿਵੇਂ ਕਾਰੀ ਕੁਰਾਨ ਦੇ ਸਾਹਮਣੇ ਬੰਦ ਫੁੱਫੀ ਦਾ ਚਿਹਰਾ ਦੇਖ ਦੇਖ ਕੇ ਆਦੀ ਸੱਚੇ ਸਰਦਾਰ ਤੁਸੋਂ ਤੂੰ ਅਸ਼ਾ ਦੀਆਂ ਜ਼ਾਨਾਂ ਤੇ ਰੋ ਲਫ਼ਸ ਮੇਰਾ ਵੱਡੇ ਸੱਚੇ ਸਰਦਾਰ ਤੁਸੋਂ ਬੀਬੀ ਆਦੀ ਡਾਵੀਂ ਦੇ ਦੁਪਹਿਰਾਂ ਤੱਕ ਹਮ ਜੇ ਤਈ ਗਾਜ਼ੀ ਜ਼ੀ ਨਹੀਂ ਚਾਹੀ ਮੈਂ ਸਰਦਾਰ ਐ ਮੈਂ ਦਾ ਲੱਥ ਐ ਮੈਂ ਕਹਿ ਦੇਣ ਹੁਲ ਗਈਆ ਵਾਹ 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 ਸ਼ਾਲਾ ਜਵਾਨੀ ਹੋਈ ਬੱਚਾ ਸਲਾਹ ਰੇ ਕਾਫਲਾ ਤੁਸਾਂ ਬੀਬੀ ਆਦੀ ਮੈਂ ਅੱਛਾ ਹੈ ਬੀਬੀ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਾਂ ਤੁਸਾਂ ਮੈਂ ਕੋਈ ਜਵਾਬ ਦੇਸੋ ਬੀਬੀ ਆਦੀ ਸੱਚ ਪੁੱਛੇ ਤਾਂ ਆਈ ਤਾਂ ਤੇਰੇ ਨਾਲ ਗੱਲਾਂ ਕਰਨ ਮੈਂ ਤਾਂ ਤੇਰੇ ਲਹਿਜੇ ਵਾਸਤੇ ਸਿੱਕਦੀ ਵਧੀ ਹਾਂ ਫੁੱਫੀ ਨਾਲ ਬਾਬਾ ਡੂ ਗੱਲ ਹੀ ਕੀਤੀ ਅੰਧੀ ਹੁਸੈਨ ਦੀ ਇਜਾਜ਼ਤ ਹੈ ਸੁਣਾ ਦੇ ਤੁਸਾਂ ਵਸਦੇ ਆਬਾਦ ਹੋ
ਤੁਸੀਂ ਕਹਿੰਦੇ ਮੁਹਤਾਜ ਨਾ ਹੋਵੋ ਹੁਸੈਨ ਦੇ ਰੋਵਣ ਵਾਲੇ। ਜੋ ਬਿਮਾਰ ਇਨ ਮਾਲਿਕ ਸਿਹਤ ਦੇ, ਜੋ ਗਰੀਬ ਵੀ ਅੱਲਾ ਵਸੀਤਾ ਰਿਸਕੇ ਹਲਾਲ ਲੈ, ਜੇ ਬੇਉਲਾਦ ਹੀ ਵੀ ਮਾਲਿਕ ਬੱਚੜੇ ਦੇ ਬਣੇ, ਕਾਲੇ ਖਾਨ ਕੋ ਮਾਲਿਕ ਸ਼ਿਫਾ ਦੇ, ਕਰੀਮ ਭਿਰਾ ਕੋ ਮਾਲਿਕ ਸਿਹਤ ਦੇ, ਅਕੀਲ ਦੇ ਵਾਲਦੈਨ ਕੋ ਮਾਲਿਕ ਸਿਹਤ ਦੇ, ਜੋ ਬੱਚੀਆਂ ਬੱਚੇ ਪੜ੍ਹਦੇ ਨੇ ਮਾਲਿਕ ਕਾਮਯਾਬੀਆਂ ਕਾਮਰਾਨੀਆਂ ਨਾਲ ਨਵਾਜ਼ੇ, ਬਾਦਸ਼ਾਹ ਦਾ ਜ਼ਹੂਰ ਹੋਵੇ, ਤੁਹਾਡੇ ਰੋਵਣ ਮੁੱਕੇ। ਹੱਕ ਹਰ ਜ਼ਾਕਿਰ ਤੁਹਾ ਕੋ ਆਦਾ ਬੇ ਰੋਂਦੇ ਰਹੋ, ਮੇਰੀ ਦੁਆ ਹੈ ਵੇਸ਼ਾਲਾ ਤੁਹਾਡੇ ਰੋਵਣ ਮੁੱਕੇ, ਫੂੜੀ ਦਾ ਵਾਰਿਸ ਆਵੇ ਤੇ ਹੁਸੈਨ ਦਾ ਘਰ ਵਸ ਹੋਵੇ, ਤੇਰੇ ਸਾਰੇ ਰੋਵਣ ਅੱਲਾ ਭਾਵੇਂ ਮੁੱਕੇ ਹਨ, ਵਸਦਾ ਦੇਖੂੰ ਬਾਦਸ਼ਾਹ ਹੁਸੈਨ। ਹਾਂ ਮਾਸੂਮ ਫਰਮੈਂਦੇ ਨੇ ਕੋਈ ਬੰਦਾ ਦੁਆ ਮੰਗੇ ਤੇ ਜਿਹੜਾ ਬੰਦਾ ਅਮੀਨ ਨਾ ਆਖੇ ਉਹ ਮੈਂ ਕੋਈ ਅਤਾ ਦੇ ਕਾਬਿਲ ਨਹੀਂ ਸਮਝਦਾ, ਨਾਮੁਮਕਿਨ ਕੋ ਮੁਮਕਿਨ ਬਣਾ ਲੈਂਦਾ ਹੀ ਮੇਰਾ ਅੱਲਾਹ, ਹਰ ਸ਼ੈ ਤੇ ਕੁਦਰਤ ਰੱਖਦਾ ਹੀ ਮੇਰਾ ਖਾਲਿਕ, ਕਦਾਂ ਉਹਦੀ ਰਹਿਮਤ ਤੂੰ ਬੇਉਮੀਦ ਨਾ ਥੀਵੇਂ, ਉਹ ਕੋ ਸਭ ਤਾਕਤ ਹੈ ਅੱਲਾ, ਭਾਵੇਂ ਤੁਸਾਂ ਵਸਦੇ ਰਹੋ। ਫੁੱਫੀ ਜਿਹੜੀਆਂ ਭਤਰੀ ਜੀ ਨਾਲ ਗੱਲਾਂ ਕੀਤੀਆਂ ਤੇ ਭਤਰੀ ਜੀ ਫੁੱਫੀ ਨਾਲ ਕੀਤੀਆਂ ਸੁਣਾਵਾਂ, ਤੂੰ ਸਮਝਦੇ ਆ ਬਾਤ। ਅਕਲ ਮਾਰ ਕੇ ਆ ਦੀਏ ਬੀਬੀ ਕਿੱਥੋਂ ਬਿਆਨ ਦਿਓ, ਮੇਰੀ ਸੈਣ ਬਾਬਾ ਕੋਈ ਜਵਾਬ ਦਿੱਤਾ ਅਕਬਰ ਦੀ ਭੈਣ ਆ ਦਿਨ ਨਹੀਂ ਸੁਣਾ, ਛੱਡਾ ਸਾਹਿਬ ਵਰ ਗਿਆ ਦੀ ਬੀਬੀ ਤੂੰ ਅਮੀਰ ਖਾਨਦਾਨ ਨਾਲ ਤਾਲੁਕ ਰੱਖਦੀ ਉਸੇ ਆਦੀ, ਮੇਰਾ ਮਹਿਲਾ ਚੋਲਾ ਨਾ ਦੇ, ਮੇਰਾ ਮਹਿਲਾ ਬੁਰਕਾ ਨਾ ਦੇਖ, ਮੈਂ ਬਾਦਸ਼ਾਹ ਹੁਸੈਨ ਦੀ ਧੀਆ, ਅਮਰਤਾਨ ਦਾ ਮੋਮਿਨ ਅੱਲਾ ਹੁਸੈਨ ਦਾ ਨਾਮ ਹੈ, ਬੀਬੀ ਤਲੀਆਂ ਟੇਕ ਕੇ ਉੱਠੀਏ ਧੀ ਦੇ ਗੱਲ ਬਈ ਪਾ ਕੇ ਆਦੀ ਵੱਤ ਦੱਸਾ, ਬਾਦਸ਼ਾਹ ਹੁਸੈਨ ਡਬਲ ਇੰਗ ਲੱਕਰ ਇਹਦਾ ਸੋਹਣਾ ਨਾਮ ਆ, ਕਈ ਦਫਾ ਪੁੱਛਸ ਬਾਦਸ਼ਾਹ ਹੁਸੈਨ, ਬੀਬੀ ਆਦੀ ਮੈਂ ਦੱਸਦੀ ਬੈਠੀਆਂ ਸ਼ਾਮ, ਅਕਬਰ ਦੀ ਭੈਣ ਆਦੀ ਕਿਉਂ ਗਈਆਂ ਵੇ, ਬੀਬੀ ਆਦੀ ਜ਼ੇਵਰ ਪਾ ਕੇ, ਅਕਬਰ ਦੀ ਭੈਣ ਆਦੀ ਤੁਹਾਡਾ ਜੁਰਮ, ਬੀਬੀ ਆਦੀ ਬੇਜੁਰਮ, ਆਦੀ ਰਿਸ਼ਤੇਦਾਰ ਕੋਈ ਨਾ ਨਹੀਂ, ਬੀਬੀ ਆਦੀ ਢੇਰ ਆਏ ਕਰਬਲਾ ਅਕਬਰ ਦੀ ਭੈਣ ਆਦੀ ਤੁਹਾਡਾ ਕੌਣ ਮਾਰਾ, ਬੀਬੀ ਆਦੀ ਮੋਇਆ ਕੁਮਾਰਾ ਨਹੀਂ, ਕਹਿੰਦਾ ਕਹਿੰਦਾ ਦੱਸਾਂ ਮੇਰੇ ਬੱਚੜੇ ਮਾਰੇ ਭਤੀਜੇ ਮਾਰੇ ਮਹਿਮਾਨ ਮਾਰੇ ਮੁਲਤਾਨ ਦਾ ਮੋਮਿਨਾ ਜਿਹੜਾ ਬਿਰਾਵਾਂ ਦਾ ਨਾਮ ਹੈ, ਅਕਬਰ ਦੀ ਭੇਡ ਤਲੀਆਂ ਟੇਕ ਕੇ ਉੱਠੀਏ ਅਕਲ ਮਾਰ ਕੇ ਆਦੀ ਬੀਬੀ ਕਿਹੜਾ ਤਕੜਾ ਦਿਲ ਲਈ ਬਿਰਾ ਪੁਸਬੇ ਨੀ ਆਪ ਜੀਂਦੀ ਵਾਲਾਈਏ ਆਦੀ ਅੱਤਾਂ ਨੇ ਲੜੇ ਬਿਰਾਵਾਂ ਮੋਈਆਂ ਭੇੜੀ ਦੀ ਔਖੇ ਸੌਖੇ ਨੇ ਭਵੇਂ ਦੀ ਰਾਂਦੀ ਏ ਤੇਰਾ ਚਾਲੀ ਘਰ ਦਾ ਦਰ ਬੰਦ ਹੋ ਗਏ ਤੂੰ ਹੀ ਤਾਂ ਜੀਂਦੀ ਏ ਆਦੀ ਅੱਤਾਂ ਤਾਂ ਜੀਂਦੀ ਆ ਬਾਰ ਵੱਲ
ਸੋਹਣਿਆ ਸੁਭਾਈ ਬਾਬਾ ਉਥਾਈ ਜਿੱਥਾਂ ਚਾਚੀ ਬੈਠੀ ਐ ਚਾਚੀਆਂ ਢੇਰ ਸਵਾਲ ਕਰ ਸੈਯਦਾ ਦਾ ਕਿਹੜੀ ਚਾਚੀ ਫਜ਼ਲ ਦੀ ਮਾਂ ਅਲਮਾ ਓਲੇ ਦਾ ਪਾਕ ਹਰਮ ਸਾਹਮਣੇ ਆਈ ਬੀਬੀ ਮੇਰਾ ਸਲਾਮ ਮੇਰਾ ਸਲਾਮ ਤੇਰਾ ਕੌਣ ਮਾਰਾ ਬੀਬੀ ਆ ਗਈ ਮਾਸ਼ਕੀ ਗਾਲੀ ਚ ਮਈ ਪਾ ਕੇ ਆ ਗਈ ਦੁਆ ਮੰਗ ਸ਼ਾਲਾ ਅਖਬਾਰ ਦੇ ਮਾਸ਼ਕੀ ਤੋਂ ਖੈਰ ਹੋਵੇ ਵਾਹ 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 ਔਖੀਆਂ ਦੁਆਈ ਦਿੱਲੀ ਚ ਰੱਖੇ ਓਏ ਮੋਮਨੋ ਊ ਪਾਸੇ ਟੁਰੀ ਜਿੱਤਾ ਅਸਗਰ ਦੀ ਮਾਂ ਬੀਬੀਆਂ ਤੂੰ ਵੱਖਰਾ ਬਹਿ ਕੇ ਅਲੀ ਅਸਗਰ ਦਾ ਚੋਲਾ ਹਾਂ ਨਾ ਲਾ ਕੇ ਬੈਠੇ ਰੋਂਦੇ ਐਨ ਮੇਰਾ ਦੇਖੇ ਇਹਨੂੰ ਧੀ ਤੁਰੀ ਮਾਂ ਤਲੀਆਂ ਟੇਕ ਉੱਠੀ ਘਰ ਬਲਾ ਦੇ ਫਸਣੇ ਕਿਆ ਦੀ ਅਸਗਰ ਸਾਹਮਣੇ ਆਈ ਬੀਬੀ ਸਲਾਮ ਮੇਰਾ ਸਲਾਮ ਤੁਹਾਡਾ ਕੌਣ ਮਾਰਾ ਬੀਬੀ ਆਦੀ ਬੱਚਾ ਹੀ ਕੁਝ ਨਹੀਂ ਮੇਰਾ ਬਖਤ ਲੁੱਟਾ ਨੇ ਮੇਰਾ ਤਖਤ ਲੁੱਟਾ ਨੇ ਮੇਰੇ ਬੱਚੜੇ ਨੂੰ ਹਿੱਕੇ ਦੀਏ ਤ੍ਰੈ ਦਫਾ ਕੁੱਠਾ ਨੇ ਮੇਰੀ ਧੀ ਦੇ ਦੁਰ ਲਹਾਏ ਨੇ ਮੈਂ ਸ਼ਾਮ ਦੀ ਅਕੈਦਾਂ ਨਿਭਾਈ ਆਉਂਦੀਆਂ ਆਦੀ ਬੀਬੀ ਓ ਗੱਲਾਂ ਤਾਂ ਮੇਰੇ ਸਜਣਾ ਲੀਆਂ ਨਸੇ ਦੇਖੀ ਉਣੀ ਵੇਖਾ ਉਹਨੋ ਵਾਹ 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 ਆਦੀ ਕਿਆ ਕਰੂੰ ਆਲੀ ਬੀਬੀ ਮੰਨਾ ਫਰਮਾਈ ਬੈਠ ਤੇ ਕੋਈ ਗੱਲ ਲਊ ਅਕਬਰ ਦੇ ਹਾਲ ਦਿਉ ਅਜੇ ਬੀਬੀ ਤੂੰ ਸਮੇਂ ਨੂੰ ਜਾਣਦੀ ਉਹ ਸੋ ਮੈਂ ਬਾਦਸ਼ਾਹ ਹੁਸੈਨ ਦੀ ਧੀ ਆ ਮੈਂ ਅੱਜ ਤਾਈਂ ਕਹੇ ਕੋਲ ਕੋਈ ਚੀਜ਼ ਨੀ ਮੰਗੀ ਤੇਰੇ ਕੋਲ ਮੰਗਣਾ ਹੀ ਆ ਤੂੰ ਨਿੰਦਰ ਪੈ ਗਏ ਅਸਰ ਦੀ ਮਾਂ ਤਲੀਆਂ ਟੇਕ ਉੱਠੀ ਹੈ ਕਰ ਬਲਾ ਦੇ ਪਾਸੇ ਬੂ ਕਰ ਗਿਆ ਦੀ ਇੱਕ ਵਾਰ ਭੇੜ ਮੰਗਣਾ ਹੀ ਆਈ ਵਾਹ 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 ਬੀਬੀਆਂ ਜਦੋਂ ਵਸਦੀਆਂ ਆਮ ਲੋਕ ਸਾਰੇ ਮਹਿਮਾਨ ਥੀਂਦੀਆਂ ਹੁਣ ਉਜੜ ਗਈਆਂ ਮੇਰਾ ਬਾਬਾ ਸਫ਼ਰ ਇਰਾਕ ਦਾ ਟੁਰ ਗਏ ਦੋ ਸਾਲ ਥੀ ਗਏ ਨੂੰ ਕੋਈ ਖੈਰ ਦੀ ਖਬਰ ਨਹੀਂ ਆਈ ਦੁਆ ਮੰਗੋ ਮੈਂ ਕੋਈ ਬਾਬਾ ਮਿਲੇ ਦੁਆ ਮੰਗੋ ਮੈਨੂੰ ਅਲੀ ਅਕਬਰ ਮਿਲ ਪੂ ਫੁੱਫੀਆਂ ਮਿਲਣ ਜਿਹੜੇ ਮੈਨੂੰ ਦੇਖਦੇ ਬੈਠੀ ਮਾਤਾ ਧੀ ਡਾਡੀ ਓ ਵੱਲ ਜੁਲੂ ਸਾਰੀਆਂ ਕੁਝ ਨਹੀਂ ਲੱਗਦੀਆਂ ਵਾਹ 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 ਬਾਈ ਖਿਦਰ ਸ਼ਾਹ ਜੀ ਅੱਲਾ ਗਵਾਹ ਅਕਬਰ ਦੀ ਭੇਰ ਹੁੰਦੀ ਹੋਈ ਵੱਲ ਪਈ ਪੰਜ ਸਾਲ ਦਾ ਸਿੰਨੇ ਮੇਰੇ ਪੰਜਵੇਂ ਇਮਾਮ ਦਾ ਡਾਡੀ ਆਲੀ ਆਦੀ ਝੋਲੀ ਚ ਬਹਿ ਕੇ ਸਾਰਾ ਰੰਗ ਡਿੱਠਾ ਸੀ ਫੁੱਫੀ ਕੁਵਲਦਾ ਡਿੱਟਾ ਸੁਣੋਇਆ ਕਦਮਾਂ ਤੋਂ ਲਾ ਕੇ ਤਾਂ ਡਾਡੀ ਚੋਖਾ ਰੂਆ ਬਣਾਈ ਖਾਲੀ ਵੱਲੀ ਵੇਂਦੀ ਆਦੀ ਮੇਰਾ ਲਾਲ ਬੈਠਾ ਕਿਉਂ ਏ ਫੁੱਫੀ ਕੋ ਘਿੰਨਾ ਅੱਲਾ ਗਵਾਏ ਬਾਕਰੀ ਮਾਮਾ ਕੇ ਫੁੱਫੀ ਦੇ ਬੁਰਕੇ ਦੇ ਦਾਮਨ ਚ ਛਾਇਆ ਮਿਆਣੀ ਦੇ ਮੋਮਨੋ ਹੱਥ ਪਾਏ ਮੈਂ ਆਧਰਮ ਨਾ ਕਰਬਲਾ ਹਈ ਨਾ ਕੂਫਾ ਹਾ ਨਾ ਸ਼ਾਮ ਆਈ ਮਦੀਨਾ ਹਾਥ ਅਕਬਰ ਦੀ ਭੇਰ ਦਾ ਦਾਮਨ ਬੀਬੀ ਆਦੀ ਕੌਣ ਨੇ ਬੁਰਕੇ ਖੁਆ ਥਣਾ ਵਣਾ ਲਾ ਮੇਰੋ ਦੇਖ ਮੈਂ ਅੱਬਾਸ ਦੀ ਭਤੀਜੀਆਂ ਅਕਲ ਮਾਰ ਕੇ ਦਾ ਛਿੜਕਾ ਨਾ ਦੇ ਮੈਂ ਮੁਹੰਮਦ ਬਾਕਰ ਬੀਬੀ ਆਦੀ ਵੱਡੀ ਹਯਾਤਿਆਂ ਵੱਡੀ ਹਯਾਤਿਆਂ ਮੇਰੀ ਸੈਂਟ ਟੁਰ ਆਇਆ ਪੁਰਸਾ ਕਬੂਲ ਫਰਮਾਵੇ ਹੁਣ